ਜਿਹਦੀ ਘਰੇ ਭੈਣ ਹੈ ਜਾਂ ਮਾਂ ਹੈ, ਮੈਂ ਨਹੀਂ ਸੋਚਦੀ ਕਿ ਉਹ ਇਸ ਤਰ੍ਹਾਂ ਦੀ ਸੋਚ ਰੱਖਦਾ ਹੋਊਗਾ ਆਪਣੀ ਕਿਸੇ ਭੈਣ ਲਈ। ਪੰਜਾਬੀ ਜਿਹੜੇ ਮੇਰੇ ਵੀਰ ਨੇ, ਤੁਸੀਂ ਆਪਣੀ ਸੋਚ ਨੂੰ ਠੀਕ ਕਰੋ ਔਰ ਹਰ ਧੀ ਭੈਣ ਦੀ ਇੱਜ਼ਤ ਕਰੋ। ਹਾਲ ਹੀ ਵਿੱਚ ਸਤਵਿੰਦਰ ਬਿੱਟੀ ਮੱਤੇਵਾਰਾ ਪਹੁੰਚੇ ਸਨ, ਜਿੱਥੇ ਕਿ ਸੋਸ਼ਲ ਮੀਡੀਆ ਤੇ ਲਾਈਵ ਹੋਣ ਵਾਲਾ ਬਾਜੇ ਕੇ ਵੀ ਪਹੁੰਚਿਆ ਹੋਇਆ ਸੀ, ਜਿੱਥੇ ਇਸ ਵਿਅਕਤੀ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਸਤਵਿੰਦਰ ਬਿੱਟੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਜਵਾਬ ਵਿੱਚ ਸਤਵਿੰਦਰ ਬਿੱਟੀ ਨੇ ਬਾਜੇ ਕੇ ਨੂੰ ਖਰੀਆਂ ਖਰੀਆਂ ਸੁਣਾਈਆਂ। ਖਾਸ ਤੌਰ ਤੇ ਆਪ ਜੀ ਨਾਲ ਗੱਲ ਕਰਨਾ ਚਾਹੁੰਦੀ ਹਾਂ। ਕੱਲ ਮੈਂ ਸਾਹਨੇਵਾਲ ਵਿਖੇ, ਜਿਵੇਂ ਕਿ ਕਈ ਪਿੰਡਾਂ 'ਚ ਜਦੋਂ ਵੀ ਮੈਨੂੰ ਟਾਈਮ ਮਿਲਦਾ, ਮੈਂ ਦੁੱਖ ਸੁੱਖ ਆਪਣੇ ਪਰਿਵਾਰਾਂ ਨਾਲ ਕਰਦੀ ਰਹਿੰਦੀ ਹਾਂ, ਤਾਂ ਰਸਤੇ 'ਚ ਆਉਂਦੇ ਆਉਂਦੇ ਕੁਝ ਵੀਰਾਂ ਨਾਲ ਵੀ ਮੇਰੀ ਗੱਲਬਾਤ ਹੋਈ ਅਤੇ ਮੈਂ ਬੜੇ ਅੱਛੇ ਤਰੀਕੇ ਨਾਲ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਜੋ ਵੀ ਇਸ਼ੂ ਸੀਗਾ ਗੱਲਬਾਤ ਕੀਤੀ ਔਰ ਭਰੋਸਾ ਵੀ ਦਵਾਇਆ ਕਿ ਆਪਾਂ ਇਕੱਠੇ ਹੋ ਕੇ ਜਿਸ ਤਰ੍ਹਾਂ ਵੀ ਸਾਡੀ ਇਹ ਲੜਾਈ ਹੈ, ਕਿਉਂਕਿ ਅਸੀਂ ਪੰਜਾਬੀ ਹਾਂ, ਪਹਿਲਾਂ ਤਾਂ ਇੱਕ ਦੂਜੇ ਨਾਲ ਸਾਡਾ ਪੰਜਾਬੀ ਹੋਣ ਦਾ ਰਿਸ਼ਤਾ ਹੈ। ਸੋ ਬਾਅਦ 'ਚ ਜਦੋਂ ਮੈਂ ਘਰ ਆਈ ਤਾਂ ਮੈਂ ਦੇਖਿਆ ਕਿ ਉੱਥੇ ਕੁਝ ਲੋਕ ਸੀਗੇ ਜਿਨ੍ਹਾਂ ਨੇ ਬਾਅਦ 'ਚ ਗਲਤ ਵੀਡੀਓਜ਼ ਬਣਾ ਕੇ ਕੁਛ ਬਹੁਤ ਹੀ ਗਲਤ, ਜੋ ਮੈਂ ਸੋਚਦੀ ਹਾਂ ਕਿ ਇੱਕ ਨਿੰਦਣਯੋਗ ਗੱਲ ਹੈ, ਜਿਹਦੀ ਘਰ ਭੈਣ ਹੈ ਜਾਂ ਮਾਂ ਹੈ, ਮੈਂ ਨਹੀਂ ਸੋਚਦੀ ਕਿ ਉਹ ਇਸ ਤਰ੍ਹਾਂ ਦੀ ਸੋਚ ਰੱਖਦਾ ਹੋਊਗਾ ਆਪਣੀ ਕਿਸੇ ਭੈਣ ਲਈ। ਸੋ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ, ਜੋ ਵੀ ਉਹ ਲੜਕੇ ਹੈਗੇ ਹੈ। ਸੋ ਮੈਂ ਹੈਰਾਨ ਹਾਂ ਕਿ ਵੀਰੇ ਤੁਸੀਂ ਕਿਸ ਤਰ੍ਹਾਂ ਦੀ ਸੋਚ ਲੈ ਕੇ, ਜੇ ਤੁਸੀਂ ਸਮਾਜ ਸੇਵਾ ਕਰਨ ਆਏ ਹੋ, ਉੱਥੇ ਲੋਕਾਂ ਦਾ ਦੁੱਖ ਦਰਦ ਦੇਖਣ ਆਏ ਹੋ ਕਿ ਵਾਕਈ ਇੱਥੇ ਕੋਈ ਧੱਕਾ ਹੋ ਰਿਹਾ, ਤਾਂ ਤੁਸੀਂ ਕਿਸੇ ਵੀ ਧੀ ਭੈਣ ਨੂੰ ਗਾਲਾਂ ਕਿਵੇਂ ਕੱਢ ਸਕਦੇ? ਮੈਂ ਇਸ ਗੱਲ ਦੀ ਸਮਝ ਨਹੀਂ ਪਾ ਰਹੀ ਕਿ ਕਿਸ ਸੋਚ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਮਾਜ ਸੇਵਾ ਕਰ ਰਹੇ ਹੋ, ਕਿਉਂਕਿ ਮੈਂ ਇਹ ਸਮਝਦੀ ਹਾਂ ਕਿ ਮਾਵਾਂ ਨੇ ਤਾਂ ਮਾਵਾਂ ਵਾਲਾ ਔਰ ਭੈਣਾਂ ਨੇ ਭੈਣਾਂ ਵਾਲਾ ਹੀ ਫਰਜ਼ ਅਦਾ ਕਰਨਾ। ਸੋ ਸਾਡੀ ਕੋਸ਼ਿਸ਼ ਹੈ ਅਸੀਂ ਆਪਣੇ ਸਮਾਜ ਨੂੰ ਸੋਹਣਾ ਬਣਾਈਏ। ਸੋ ਮੈਂ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜੋ ਵੀ ਇਹ ਮੇਰੇ ਭਰਾ ਸੀਗੇ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਜਾਂ ਬੋਲ ਕੇ, ਮੈਂ ਸਾਰੀ ਉਮਰ ਲੋਕਾਂ 'ਚ ਵਿਚਦੀ ਹਾਂ, ਲੋਕਾਂ ਨੂੰ ਪਤਾ, ਤੁਹਾਨੂੰ ਵੀ ਪਤਾ ਕਿ ਤੁਹਾਡੀ ਭੈਣ ਨੇ ਕਿਸ ਤਰ੍ਹਾਂ ਕੰਮ ਕੀਤਾ ਹੈ ਔਰ ਕਿਸ ਤਰ੍ਹਾਂ ਅੱਗੇ ਇਹ ਸੋਚ ਰੱਖਦੀ ਹਾਂ ਮੈਂ। ਸੋ ਬੜਾ ਹੀ ਦੁੱਖ ਹੈ ਔਰ ਮੈਂ ਇਸ ਚੀਜ਼ ਦਾ ਅਫਸੋਸ ਕਰਦੀ ਹਾਂ ਕਿ ਸਾਡੇ ਪੰਜਾਬੀ ਜਿਹੜੇ ਮੇਰੇ ਵੀਰ ਨੇ, ਤੁਸੀਂ ਆਪਣੀ ਸੋਚ ਨੂੰ ਠੀਕ ਕਰੋ ਔਰ ਹਰ ਧੀ ਭੈਣ ਦੀ ਇੱਜ਼ਤ ਕਰੋ, ਇਹੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ। ਧੰਨਵਾਦ। ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਇੱਕ ਹੋਰ ਵੀਡੀਓ ਬਣਾਈ ਗਈ ਜਿਸ ਵਿੱਚ ਉਹਨੇ ਸਤਿੰਦਰ ਬਿੱਟੀ ਲਈ ਭੱਦੀ ਸ਼ਬਦਾਵਲੀ ਵਰਤਣ ਲਈ ਮਾਫੀ ਮੰਗੀ ਹੈ। ਕਿ ਭੈਣ ਤੇਰੇ ਤੋਂ ਹੱਥ ਜੋੜ ਕੇ ਮਾਫੀ ਮੰਗਣੇ ਕਿ ਅਸੀਂ ਪਿੰਡਾਂ ਵਾਲੇ ਕੱਟੇ ਵੱਛੇ ਇੱਕਣ ਵਾਲੇ ਬੰਦੇ ਹਾਂ, ਕੱਟੇ ਵੱਛੇ ਅਤੇ ਡੰਗਰਾਂ ਨੂੰ ਪੱਠੇ ਪਾਉਣ ਵਾਲੇ ਬੰਦੇ, ਪਿੰਡਾਂ ਵਾਲੇ ਬੰਦੇ, ਕੋਈ ਦੋ ਚਾਰ ਪੰਜ ਪੜ੍ਹੇ, ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਇੱਧਰਲੇ ਦਾ ਵੀ ਆ ਜਾਵਾਂਗੇ ਅਤੇ ਲੋਕਾਂ ਦੀਆਂ ਆਵਾਜ਼ਾਂ ਚੁੱਕਾਂਗੇ। ਅਤੇ ਤੂੰ ਭੈਣ ਬਹੁਤ ਵਧੀਆ ਕੰਮ ਕਰਨੀ ਹੈ, ਬਹੁਤ ਵਧੀਆ ਗੀਤ ਵੀ ਤੁਸੀਂ ਗਾਉਂਦੇ ਸੀ ਅਤੇ ਹੁਣ ਤੁਸੀਂ ਮੰਨ ਲਓ ਕਾਂਗਰਸ ਦੇ ਮੰਨ ਲਓ ਪ੍ਰਧਾਨ ਜੇ, ਅਤੇ ਬਹੁਤ ਵਧੀਆ ਤੁਸੀਂ ਕੰਮ ਕਰਦੇ ਜੇ। ਕੱਲ੍ਹ ਮੰਨ ਲਓ ਕਿ ਇੱਕ ਵੀਡੀਓ ਮੰਨ ਲਓ ਪੈ ਗਈ ਸੀ, ਮੰਨ ਲਓ ਉਹਦੇ ਵਿੱਚ ਕੋਈ ਗੱਲ ਗਲਤ ਮੇਰੇ ਤੋਂ ਨਿਕਲ ਗਈ ਸੀ ਮੂੰਹੋਂ ਤੁਹਾਡੇ ਲਈ, ਅਤੇ ਧੀਆਂ ਭੈਣਾਂ ਸਾਰਿਆਂ ਵਾਲੀਆਂ ਸਾਂਝੀਆਂ ਭੈਣ ਹੁੰਦੀਆਂ, ਬਾਕੀ ਵੇ ਤਾਂ ਕੀਤੀ ਮੈਂ ਅਤੇ ਉਹਦੀ ਭੈਣ ਤੇਰੇ ਕੋਲ ਹੱਥ ਜੋੜ ਕੇ ਮੈਂ ਮੰਗਣਾ ਮਾਫੀ, ਤੂੰ ਮੈਨੂੰ ਜ਼ਰੂਰ ਮਾਫ਼ ਕਰੀ ਕਿ ਕਿਤੇ ਤੈਨੂੰ ਪਤਾ ਪਿੰਡਾਂ ਪੁੰਡਾਂ ਵਾਲੇ ਆਪਾਂ ਕਿਹੜਾ ਇੰਨਾ ਪੜ੍ਹੇ ਹਾਂ, ਜਿਵੇਂ ਕਿਸੇ ਨੇ ਕਹਿ ਤਾਂ ਉਵੇਂ ਧੱਕ ਦੀ, ਉਵੇਂ ਕੰਮ ਮੰਨ ਲਓ ਚਲਾ ਦੀ ਦਾ, ਜਿਵੇਂ ਕਿਸੇ ਨੇ ਕਹਿ ਤਾਂ ਉਵੇਂ ਗੱਲ ਕਹਿ ਦੀ ਦੀ ਹੈ। ਮੰਨ ਲਓ ਆਪਾਂ ਤਾਂ ਸੱਚੀ ਮੰਨ ਲਓ ਕਿ ਲੋਕਾਂ ਦੇ ਸੱਚੇ ਭੈਣ ਮੁੱਦੇ ਚੁੱਕਣੇ ਆ, ਲੋਕਾਂ ਦੀ ਆਵਾਜ਼ ਵੀਡੀਓ ਪਾਉਣੇ ਆ, ਕੋਈ ਆਪਾਂ ਨੂੰ ਕੁਛ ਦਿੰਦਾ ਨਹੀਂ, ਕੋਈ ਆਪਾਂ ਨੂੰ ਪੈਸੇ ਨਹੀਂ ਦਿੰਦਾ ਵੀਡੀਓ ਪਾਉਣ ਦੇ, ਕਿਤੇ ਧਰਨਿਆਂ ਦੇ ਜਾਂਦੇ ਕਿਤੇ ਜਾਂਦੇ, ਆਪਾਂ ਨੂੰ ਕੋਈ ਪੈਸੇ ਨਹੀਂ ਦਿੰਦਾ, ਆਪਦੇ ਪੈਸੇ ਲਾ ਕੇ ਜਾਂਦੇ, ਆਪਦੇ ਤੇਲ ਮਚਾ ਕੇ ਭਰਾਵਾਂ ਨਾਲ। ਮੈਂ ਭੈਣ ਤੇਰੇ ਹੱਥ ਜੋੜ ਕੇ ਮਾਫ਼ੀ ਮੰਗਣਾ ਕਿ ਜੇ ਕੋਈ ਗਲਤੀ ਹੋਈ ਹੋਵੇ ਤਾਂ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਆਪਾਂ ਤੇਰੇ ਤੋਂ ਹੱਥ ਜੋੜ ਕੇ ਮਾਫ਼ੀ ਮੰਗਣੇ, ਤੂੰ ਸਾਡੀ ਭੈਣ ਹੈ, ਬਹੁਤ ਵਧੀਆ ਗੀਤ ਧਾਰਮਿਕ ਵੀ ਤੂੰ ਗਾਉਂਦੀ ਰਹੀ ਹੈ, ਉਹਦੇ ਲਈ ਤੇਰੇ ਕੋਲੋਂ ਇੱਕ ਨਹੀਂ ਪੰਜ ਪੰਜ ਵਾਰਾ ਮਾਫ਼ੀ ਮੰਗਣੇ ਆ ਕਿ ਸਾਡੇ ਤੋਂ ਜੇ ਗਲਤੀ ਹੋਈ ਹੈ। ਬਾਕੀ ਸਾਰੇ ਪੰਜਾਬੀ ਜਿੰਨੇ ਵੱਸਦੇ ਪੰਜਾਬ 'ਚ ਉਹਨਾਂ ਤੋਂ ਵੀ, ਪੰਜਾਬੀਆਂ ਤੋਂ ਵੀ ਆਪਾਂ ਮਾਫ਼ੀ ਮੰਗਦੇ ਹਾਂ ਕਿ ਆਪਣੀ ਭੈਣ ਹੈ, ਭੈਣਾਂ ਨੂੰ ਨਹੀਂ ਗਲਤ ਬੋਲਣਾ ਚਾਹੀਦਾ। ਪੰਜਾਬੀ ਭਰਾ ਜਿਹੜੇ ਨੇ ਬਹੁਤ ਵੱਡੇ ਦਿਲ ਦੇ ਹੁੰਦੇ, ਬੰਦੇ ਨੂੰ ਮਾਫ਼ ਕਰ ਦਿੰਦੇ, ਆਪਾਂ ਮੁੱਦੇ ਚੁੱਕਣੇ ਆ ਭਰਾਓ। ਪੰਜਾਬੀ ਨਿੱਕੀ ਜਿਹੀ ਗੱਲ ਨੂੰ ਨਾ ਵੱਡੀ ਗੱਲ, ਨਿੱਕੀ ਗੱਲ ਵੀਰ, ਨਿੱਕੀ ਗੱਲ ਨੂੰ ਵੱਡੀ ਗੱਲ ਨਹੀਂ ਬਣਾਈ ਦਾ, ਨਿੱਕੀ ਗੱਲ ਰਹਿ ਦੀ ਦੂਜੇ ਨੰਬਰ 'ਤੇ ਜਿਹੜੇ ਪੇਚਾਂ ਵਾਲਿਆਂ ਵੀਡੀਓ ਪਾਈ ਸੀ,
मैं भाई आपके पेज तो वीडियो डिलीट करती भैन, जेडे पेचा वाले वीडियो पाई उन्होंने वो पेचा वाले अगे हाथ जोड़ के बेनती है कि वह वीडियो डिलीट कर दौ, आह वीडियो पा दौ कि जसविंदर बिट्टी तो आप माफ़ी मांगने हैं। साने वाले भैन उत्थे आई थी, बहुत वधिया काम करती, सानू फिर अगां भी तबाह रहे कि भैन पियावली बहुत वधिया काम करेगी, गां भी करती रहेगी ते करेगी भी। भैन साडी जसविंदर बिट्टी गाने गाउंदी रही, बहुत पंजाब नूं उस भैन ते माण है ते बहुत वधिया। भैन तेरे कोलों फिर तेरा भरा समझ के मैनू माफ़ कर दी जे कि गलती हो गई, असी तेनू फिर आने के असी पड़े पुड़े को नहीं कि पिंडां वाले जट हाँ, लोगों की आवाज़ चुकने हाँ, जिहड़ा दुनिया पंजाब दा दर्द आपके दिल के रखने हाँ, दुख रखने हाँ, दुख करके सानू नहीं गुस्सा जो आ जाता सरकारां ते कोई गल ते और असी मान लो नहीं साढ़े तो होंदा, मान लो कंट्रोल नहीं होंदा, पर नहीं तू साडी भैण है, मान लो धीआं भैणां सांझियां होंदियां, धी भैण नूं नहीं माड़ा बोलना चाहिए, गलती की आपां ते तेरे तो दी माफ़ी मांगने ते पेचां वाले अगे हाथ जोड़ के बेनती करने आ वीडियो पा दिओ, वीडियो डिलीट कर दिओ, उनका कोई फायदा नहीं गा किसी की, एवें गल नहीं चुकी दी होंदी, तौर बनाई दी होंदी, जिहड़ी गल होवे उहदे ते मिट्टी पाई नहीं जी, गलतियां बंदियां दी होंदियां, गलतियां निशानां तो होंदियां, कोई अही इन्ना कोई प्लस टू नहीं पढ़े कि जिहड़ियां सानू किसे गल दा हो सके, सानू भी नहीं पता होंदा, गुस्से च गर्मी च गल निकल जाती है, तो कोई गल नहीं, सारी गल वधिया हुई, सारी भैन ने साडियां गल्लां सुनियां, सानू विचार दित्ते, सारा कुछ ओके रिपोर्टां होईआं यार। एंड ते जाके मैं गल एक कहती नहीं सी कहनी चाहिए, वह भी मगर बंदे मुंडे बोलते सी एवें गलत गल्लां करदे सी, तुहंदे बल्ले मेरे मूँहों ये निकल गया, ये नहीं बोलना चाहिए कि भैन है साडी भैन, तेनू अं फिर हाथ जोड़ के बेनती करने कि तू वधिया काम करनी तो करती भी रहेगी पंजाब दे, जिन्ने पेचा वाले चौंक के वीडियो डिलीट कर दौ, वीडियो पा दौ, तो कोई गल नहीं, गलतियां बंदियां तो होंदियां आईया, तो गांह भी अं मुद्दे चुकों इवें ही चुकते रहना है, इवें ही काम करते रहना, बाकी कोई गल नहीं, जे गलती होंगी बंदियां तो होंगी। तो सारियां सत श्री अकाल, जिउंदे वसदे रहो, रब चढ़दी कला रखे, लम्मी उम्र तुहाडी रखे मालक, तो थोड़ा कु आप भी पंजाबी कंट्रोल रखिए करिए, कोई गल नहीं, गल बंद गलतियां पशुआ